ਐਤਵਾਰ ਨੂੰ ਫਾਜ਼ਿਲਕਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਕਿਸਾਨ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਦੇ ਬਾਵਜੂਦ ਵੀ ਰੈਲੀ ਵਿੱਚ ਖਾਲੀ ਕੁਰਸੀਆਂ ਲੋਕਾਂ ਨੂੰ ਉਡੀਕਦੀਆਂ ਰਹੀਆਂ। ਜੋ ਥੋੜੇ ਬਹੁਤ ਲੋਕ ਦਿਖਾਈ ਦੇ ਰਹੇ ਸਨ ਉਹ ਵੀ ਜਾਂ ਤਾਂ ਭਾਜਪਾ ਵਰਕਰ ਸਨ ਜਾਂ ਫਿਰ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਇਸ ਰੈਲੀ ਵਿੱਚ ਲੱਗੀ ਹੋਈ ਸੀ। ਹਾਲਾਂਕਿ ਇਸ ਦਾ ਕਾਰਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਨਾਂ ਆਉਣਾ ਹੈ ਅਤੇ ਲੋਕਾਂ ਦਾ ਕ੍ਰਿਸਮਸ ਸੈਲੀਬ੍ਰੇਸ਼ਨ ਵਿੱਚ ਰੁੱਝੇ ਹੋਣਾ ਵੀ ਦੱਸਿਆ ਜਾ ਰਿਹਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਜਪਾ ਦੀ ਰੈਲੀ ਵਿੱਚ ਖਾਲੀ ਕੁਰਸੀਆਂ ਦੇਖਣ ਨੂੰ ਮਿਲੀਆਂ ਹੋਣ। ਇਸ ਤੋਂ ਪਹਿਲਾਂ ਵੀ ਸਾਂਪਲਾ ਦੀਆਂ ਪਿਛਲੀਆਂ ਕੁਝ ਰੈਲੀਆਂ ਵਿੱਚ ਲਗਾਤਾਰ ਇਹ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹਨ। ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਦੀਆਂ ਰੈਲੀਆਂ ਵਿੱਚ ਖਾਲੀ ਰਹਿੰਦੀਆਂ ਕੁਰਸੀਆਂ ਦਾ ਕੀ ਕਾਰਨ ਹੈ ਇਹ ਤਾਂ ਲੀਡਰ ਹੀ ਬਿਹਤਰ ਦੱਸ ਸਕਦੇ ਨੇ, ਪਰ ਨੋਟਬੰਦੀ ਤੋਂ ਬਾਅਦ ਭਾਜਪਾ ਦੀ ਹਰਮਨ ਪਿਆਰਤਾ ਨੂੰ ਟਾ ਜ਼ਰੂਰ ਲੱਗੀ ਹੈ।